स्वागत करते हैं जी एक बार फिर आप सब का अज्ज रिलीजियस सैगमेंट में। मेरा साथ देने सरदार ज्ञान सिंह कोटली जिहड़े कि कम्यूनिटी के एज ए सोशल एक्टिविस्ट अते नाल एक लिखारी वजो ये अपनी सेवा निभा रहे हैं। एक लिखारी जो है उसकी सोच जो है वह बहुत सारे लोगों नूं अगे प्रेरदी है ते ज्ञान सिंह कोटली जी भी अपनी लिखता राही यही कोशिश करते हैं कि गुरु साहब की जो सानू देन है उसनों अगे उजागर किया जाए। अज क्योंकि असी विसाखी का दिहाड़ा छेती आ रहा उसनों मना रहे हैं अज उस विशे नूं लैके असी गलबात करांगे गुरु गोबिंद सिंह जी के संबंध में की कुछ सिखाया जा सकता है उन्होंने की सानू देन है खालसा असल में है कौन है ते नाल खास तौर उत्ते जदों असी ये नगर कीर्तन कढ़दे हां इहदे विचों सानू की कुछ सीखने की लोड़ है। स्वागत करते हैं सरदार ज्ञान सिंह कोटली का। ज्ञान जी कोटली साहब वाहिगुरू जी का खालसा वाहिगुरू जी की फतह जी। सो कोटली साहब सब तो पहला तो ये नगर कीर्तन जिहड़े हर साल होंदे ने एक बहुत वधिया गल हुंदी जिस कि असी लखां ही लोग इकट्ठे होकर उस गुरु नाल जुड़न की कोशिश करते हैं। तुहाडा एक्सपीरियंस बड़े सालों का तुसी कैनेडा च रह रहे हो इहदे मतलब की कहना चाहते हो ओवर द ईयरस ये जो नगर कीर्तन निकल रहे हैं जो इन्हों का मकसद से जो इन्हों का मैसेज से कि वह पूरा हो रहा है। देखो जी जिथे तक तो गिणती की गल है संगत जी उहदे विच तां अपने संगत भी बहुत आउंदियां जी तो मेरा ख्याल अपन संगत ना भी वध संगत होर भी आ जांदियां जी तो जे उहनूं दूसरे तरह ले जाए गिणती के हिसाब के नाल फिर तो बहुत वधिया गल है भी असं अपने नंबर वधा चढ़ा के एक लख भी कहने दो लख भी कहने तीन भी कहने जी तो बहुत खुशी की गल है अपना मान सत्कार बन बजदा है जी ਅਤੇ ਨਗਰ ਕੀਰਤਨ ਦੇ ਥੱਲੇ ਹੀ ਸਾਡੀ ਗਿਣਤੀ ਗਿਣੀ ਜਾਂਦੀ ਹੈ ਚਾਹੇ ਉਹਦੇ 'ਚ ਕੋਈ ਵੀ ਆਇਆ ਅਖਬਾਰਾਂ ਵਾਲੇ ਕਹਿੰਦੇ ਆ ਅਤੇ ਸਾਡੀ ਸ਼ਾਨ ਬਣਦੀ ਹੈ ਜੀ। ਰਹੀ ਗੱਲ ਇਹ ਕਿ ਜਿੱਥੇ ਧਾਰਮਿਕ ਸੈਗਮੈਂਟ ਦੀ ਗੱਲ ਹੈ ਉਹਦੇ ਵੱਲੋਂ ਤਾਂ ਅਸੀਂ ਬਹੁਤ ਪਿੱਛੇ ਹਾਂ ਮੈਂ ਸਮਝਦਾ ਹਮੇਸ਼ਾ ਅਸੀਂ ਜ਼ੋਰ ਪਾਈਦਾ ਓਕੇ ਕਿ ਗਿਣਤੀ ਵਧਾ ਲੈਣੀ ਜਾਂ ਦਿਖਾ ਲੈਣੀ ਕਈ ਵਾਰੀ ਸਾਨੂੰ ਜਿੱਦਾਂ ਕਲਕੱਤੇ ਵੀ ਕਹਿੰਦੇ ਸੀਗੇ ਜੀ ਗਿਣਤੀ ਥੋੜ੍ਹਾ ਵੱਧ ਲਿਖ ਦਿਓ ਅਸੀਂ ਕਹਿਣਾ ਵੀ ਠੀਕ ਹੈ 6,000 ਵੀ ਲਿਖ ਸਕਦੇ ਹਾਂ 60,000 ਵੀ ਲਿਖ ਸਕਦੇ ਹਾਂ ਕਈ ਦਿਨ ਆਉਂਦਾ ਵੀ ਜਿਹੜੇ ਬਾਹਰ ਖੜੇ ਹੋਏ ਵਿੱਚੇ ਹੀ ਸੀਗੇ ਠੀਕ ਅਤੇ ਜਿੱਥੇ ਧਾਰਮਿਕ ਪ੍ਰਚਾਰ ਦੀ ਗੱਲ ਹੈ ਅਤੇ ਜੇ ਤੁਸੀਂ ਅਮਲੀ ਤੌਰ 'ਤੇ ਦੇਖਿਆ ਜਾਵੋ ਜੀ ਤਾਂ ਅਸੀਂ ਉਨਾ ਬਹੁਤਾ ਉੱਦਮ ਨਹੀਂ ਕਰ ਰਹੇ। ਅੱਛਾ ਜੀ ਜਿੰਨਾ ਪੈਸਾ ਇਹ ਹੋ ਲਿਆ ਖਰਚ ਨਗਰ ਕੀਰਤਨ ਦੇ ਉੱਤੇ ਪੁਲਿਸ ਨੂੰ ਵੀ ਦਿੰਦੇ ਹਾਂ ਟਾਈਮ ਵੀ ਦਿੰਦੇ ਹਾਂ ਜੇ ਵਰਕਿੰਗ ਆਵਰ ਵੀ ਗਿਣੀਏ ਤਾਂ ਉਹ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਰਾਈਟ ਅਤੇ ਉਹਦੇ ਹਿਸਾਬ ਦੇ ਨਾਲ ਜਦੋਂ ਤੁਸੀਂ ਦੇਖੋ ਸਵਾਏ ਇਹਦੇ ਵੀ ਅਸੀਂ ਜੀ ਖੂਬ ਖਾਧਾ ਐਸ਼ ਕੀਤੀ ਪੇ ਕਿਉਂਕਿ ਵਧੀਆ ਮਨਾਈ ਨਾਨਾ ਪ੍ਰਕਾਰ ਦੇ ਭੋਜਨ ਛਕੇ ਗਏ ਵੀ ਉਸ ਹਿਸਾਬ ਨਾਲ ਗੁਣ ਵੀ ਉਹਦਾ ਹੀ ਗਾਉਂਦੇ ਹਾਂ ਸਿੱਖਿਆ ਕੀ ਆ ਉਹ ਤਾਂ ਮੈਨੂੰ ਕਦੀ ਅੱਜ ਤਾਈਂ ਸਿੱਧੀ ਗੱਲ ਨਹੀਂ ਬਹੁਤਾ ਪਤਾ ਕੀ ਕਰਨ ਦੀ ਲੋੜ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਸ ਤਰੀਕੇ ਨਾਲ ਇਹ ਅਪਰੋਚ ਜੋ ਹੈ ਸਾਡੀ ਚੇਂਜ ਹੋਵੇ ਜਿਹਦੇ ਨਾਲ ਕਿ ਅਸੀਂ ਉਸ ਗੁਰੂ ਦੇ ਜਸ ਨਾਲ ਹੋਰ ਜ਼ਿਆਦਾ ਜੁੜ ਸਕੀਏ। ਦੇਖੋ ਜੀ ਪ੍ਰਿੰਸੀਪਲ ਸਤਵੀਰ ਸਾਨੂੰ ਸਾਰੀ ਦੁਨੀਆ ਜਾਣਦੀ ਹੈ ਜੀ ਉਹ ਸ਼ਾਬਾਸ਼ ਦਿੰਦੇ ਸੀ ਮੈਨੂੰ ਜਦੋਂ ਕਦੇ ਕਲਕੱਤੇ ਆਉਂਦੇ ਸੀਗੇ ਅਤੇ ਉਹਨਾਂ ਦਾ ਸਕਾ ਸਾਨੂੰ ਜਿਹੜਾ ਪ੍ਰਭਜੋਤ ਸਿੰਘ ਐਡਵੋਕੇਟ ਉਹਨਾਂ ਦੇ ਸਕੇ ਸਾਨੂੰ ਸੀ ਉਹ ਮੇਰੇ ਸਟੂਡੈਂਟ ਸੀਗੇ ਜੀ ਮੈਨੂੰ ਥੋੜ੍ਹਾ ਜਿਹਾ ਹੀ ਸ਼ੌਕ ਪਹਿਲਾਂ ਤੋਂ ਹੀ ਰਿਹਾ ਵੀ ਇੱਦਾਂ ਦੀਆਂ ਗੱਲਾਂ ਬਹੁਤੀਆਂ ਕਰਨ ਦੀ ਲੋੜ ਨਹੀਂ ਰਸਮਾਂ ਜਿੱਥੇ ਤੱਕ ਹੋ ਸਕਦਾ ਜਿਵੇਂ ਕ੍ਰਿਸਚਨ ਲਿਖ ਕੇ ਪ੍ਰਚਾਰ ਕਰਦੇ ਆ ਨਾ ਇੱਦਾਂ ਕਰਨੇ ਚਾਹੀਦਾ ਠੀਕ ਮੈਂ ਬਰਾਬਰ ਇਹ ਕਹਿੰਦਾ ਹੁਣ ਵੀ ਕਹਿ ਕੇ ਆ ਕਈ ਜਗ੍ਹਾ ਕਿ ਸਾਨੂੰ ਯਾਦ ਨਹੀਂ ਰਹਿੰਦਾ ਜੀ ਜੋ ਤੁਸੀਂ ਹੁਣ ਲੈਕਚਰ ਦਿੱਤਾ ਤੁਸੀਂ ਮੇਰੇ ਪ੍ਰੋਫੈਸਰ ਹੈ ਤਾਂ ਉਹ ਯਾਦ ਨਹੀਂ ਸੀ ਰਹਿੰਦਾ ਕਾਲਜ ਯੂਨੀਵਰਸਿਟੀ ਘਰੋਂ ਹੀ ਆ ਕੇ ਯਾਦ ਕਰਦੇ ਸੀ ਜੀ ਇਸ ਕਰਕੇ ਸਤਵੀਰ ਸੋਹਣੀ ਮੈਂ ਦੋ ਪੇਜ ਲਿਖ ਕੇ ਉੱਥੇ ਵੰਡੇ ਅਤੇ ਕਲਕੱਤੇ ਆਏ ਮੈਨੂੰ ਕਹਿੰਦੇ ਜੀ ਮੇਰਾ ਆਉਣਾ ਸਫਲ ਹੋ ਗਿਆ ਕਿ ਮੈਂ ਕਿਹਾ ਜੀ ਕੀ ਕਹਿੰਦੇ ਜਿਹੜਾ 4 ਪੇਜ ਦਾ ਤੁਸੀਂ ਬੁਲੇਟਿਨ ਵੰਡਿਆ ਨਾ ਵਿਸਾਖੀ ਦੇ ਮੌਕੇ ਮੈਨੂੰ ਇਹੀ ਇੱਕ ਚੀਜ਼ ਮਿਲੀ ਹੈ ਇੱਥੇ ਪੜ੍ਹਨ ਨੂੰ ਠੀਕ ਬਾਕੀ ਵੀ ਬਹੁਤਾ ਲੰਗਰ ਖਾ ਲਿਆ ਜਾਂ ਥੋੜ੍ਹਾ ਖਾ ਲਿਆ ਕੀਰਤਨ ਬਹੁਤੇ ਹੋ ਗਏ ਸਾਡੀ ਰੋਜ਼ ਦੀ ਰੂਟੀਨ ਆ ਉਹ ਤਾਂ ਚੱਲਣੀ ਚੱਲਣੀ ਕਥਾ ਵੀ ਚੱਲਣੀ ਆ ਵੀ ਲੋੜ ਇਹ ਹੈ ਕਿ ਲਿਖੇ ਵਾਜੋਂ ਸੁਰਤ ਨਾ ਹੀ ਬੋਲ ਬੋਲ ਗਵਾਈਏ ਵੀ ਅਸੀਂ ਬੋਲਦੇ ਬਹੁਤੇ ਹਾਂ ਲਿਖਦੇ ਨਹੀਂ ਜੀ ਕ੍ਰਿਸਚਨ ਬੋਲਦੇ ਨਹੀਂ ਉਹ ਲਿਖ ਕੇ ਪ੍ਰਚਾਰ ਕਰਦੇ ਆ ਠੀਕ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਇਹ ਤੁੱਕ ਜਿਹੜੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਆ ਕਿ ਉਹਨੇ ਕੋਲੇ ਕਹਿ ਦਿੱਤੀ ਹੈ ਅਤੇ ਮੈਂ ਉਹਨਾਂ ਨੂੰ ਪੁੱਛਿਆ ਅਤੇ ਉਹ ਕਹਿੰਦੇ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਹੈ ਜੀ ਬਹੁਤੇ ਕਹਿਣ ਦੀ ਲੋੜ ਨਹੀਂ ਕਿਉਂਕਿ ਸਾਨੂੰ ਬਹੁਤਾ ਕਿਹਾ ਯਾਦ ਨਹੀਂ ਰਹਿੰਦਾ ਜਿੰਨਾ ਵੱਧ ਤੋਂ ਵੱਧ ਅਸੀਂ ਲਿਟਰੇਚਰ ਵੰਡਾਂਗੇ ਕ੍ਰਿਸਚਨ ਜੇ ਨਹੀਂ ਵੀ ਤਾਂ ਵੀ ਉਹ ਸਾਨੂੰ ਬਾਈਬਲ ਫੜਾਉਣ ਦੇ ਮੇਰੇ ਕੋਲ ਵੱਡੀ ਬਾਈਬਲ ਵੀ ਹੈਗੀ ਅਤੇ ਕਈ ਛੋਟੀਆਂ ਵੀ ਹੈਗੀਆਂ ਠੀਕ ਸੋ ਇਸ ਪੱਖੋਂ ਅਸੀਂ ਬਹੁਤ ਪ੍ਰਚਾਰ ਦਾ ਮਾਧਿਅਮ ਜੋ ਹੈ ਉਸਨੂੰ ਚੇਂਜ ਕਰੀਏ ਠੀਕ ਹੈ ਜੀ। ਅੱਛਾ ਹੁਣ ਥੋੜ੍ਹੀ ਜਿਹੀ ਗੱਲਬਾਤ ਕਰੀਏ ਮੈਂ ਹੋਰ ਵੀ ਬਾਅਦ 'ਚ ਡਿਸਕਸ਼ਨ ਕਰਾਂਗਾ ਪਰ ਤੁਹਾਡੀ ਲਿਖਤਾਂ ਜਿਹੜੀਆਂ ਹੈਗੀਆਂ ਨੇ ਉਹਦੇ 'ਚ ਬਹੁਤ ਸਾਰੀਆਂ ਤੁਸੀਂ ਹਰ ਕਿਸਮ ਜ਼ਿੰਦਗੀ ਦੇ ਨਾਲ ਜੋ ਕੁਝ ਰਿਲੇਟਡ ਹੈ ਉਸਨੂੰ ਤੁਸੀਂ ਅੱਗੇ ਲੈ ਕੇ ਆਏ ਹੋ ਪਰ ਅੱਜ ਧਾਰਮਿਕ ਪੱਖ ਤੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਕੀ ਪ੍ਰੇਰਨਾ ਲੈ ਸਕਦੇ ਹਾਂ। ਮੈਂ ਤਾਂ ਜੀ ਅੱਗੇ ਵੀ ਕਈ ਵਾਰੀ ਇਹ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਪ੍ਰਤੱਖ ਕਰਤਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਹਾਂਜੀ ਸਾਨੂੰ ਸਰਦਾਰੀਆਂ ਬਖਸ਼ ਦਿੱਤੀਆਂ ਜੀ ਨਹੀਂ ਤਾਂ ਅਸੀਂ ਪਹਿਲਾਂ ਉਹੀ ਸੀਗੇ ਸੋ ਸਰਦਾਰੀਆਂ ਬਖਸ਼ੀਆਂ
ਅਤੇ ਉਹ ਜਿਹੜਾ ਸਿਧਾਂਤ ਹੈ ਉਹ ਮੈਂ ਸਮਝਦਾ ਵੀ ਗੁਰੂ ਨਾਨਕ ਦੇਵ ਜੀ ਨੇ ਜਿਸ ਦੀ ਨੀਂਹ ਰੱਖੀ ਸੀ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਮਰਿਆ, ਕੁਰਬਾਨੀ ਕਰਨੀ ਪੈਣੀ ਹੈ। ਅਤੇ ਉਹ ਸੰਤ ਸੀਗੇ ਪਹੁੰਚਿਓ, ਅਤੇ ਕਈ ਲੋਕ ਸਾਨੂੰ ਇਹ ਵੀ ਕਹਿ ਦਿੰਦੇ ਆ ਵੀ ਉਹ ਸੰਤ ਸੀਗੇ ਸੰਪੂਰਨ, ਅਤੇ ਗੁਰੂ ਗੋਬਿੰਦ ਸਿੰਘ ਦੀ ਸੰਪੂਰਨ ਜਰਨੈਲ ਹੀ ਹੋ ਗਿਆ, ਕਿਰਪਾਨੀ ਚਲਾਈ ਗਿਆ ਸਾਰੀ ਉਮਰ ਜੀ। ਮੈਂ ਕਿਹਾ ਵੀ ਨਹੀਂ, ਸਿੱਖਿਆ ਉਹਨਾਂ ਦੀ ਹੈ, ਬੀਜ ਉਹਨਾਂ ਦਾ ਹੀ ਬੀਜਿਆ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤਲੀ 'ਤੇ ਜਾਨ ਧਰ ਕੇ ਆਓ ਜੇ ਸੇਵਾ ਕਰਨੀ ਲੋਕਾਂ ਦੀ, ਤਾਂ ਸੱਚ ਬੋਲਣਾ ਤਾਂ ਹੱਕ ਦੀ ਗੱਲ ਕਰਨੀ ਹੈ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤ ਵਧੀਆ ਉਹਦਾ ਜਿਹੜਾ ਕਲਵੀਨੇਸ਼ਨ ਕਹਿੰਦੇ ਐਂਡ ਕੀਤਾ, ਉਹਨਾਂ ਨੇ ਤਾਂ ਸੱਚੀ ਮੁੱਚੀ ਸੀਸ ਮੰਗ ਲਿਆ ਜੀ। ਅਤੇ ਉਹ ਸਿਧਾਂਤ ਸਾਡਾ ਬਣ ਗਿਆ ਖਾਲਸੇ ਦਾ ਕਿ ਜੇ ਤਾਂ ਜਾਨ ਤਲੀ 'ਤੇ ਧਰ ਕੇ ਆਉਣਾ ਜੀ ਤਾਂ ਗਲੀ ਮੋਰੀ ਆਓ, ਤਾਂ ਸਿੱਖ ਬਣੋ, ਇਹ ਪਖੰਡੀ ਨਹੀਂ ਵੀ ਜਿਹੜੇ ਮੇਰੇ ਵਰਗੇ ਨੇ ਭੇਖ ਕਰ ਲਿਆ, ਸਭ ਕੁਛ ਕਰ ਲਿਆ, ਪੰਜ ਕਕਾਰ ਵੀ ਪਾ ਲਿਆ, ਜੇ ਖਾਲਸੇ ਦੀ ਰਹਿਤ ਹੀ ਨਹੀਂ, ਉਹਦੇ ਵਾਲੀ ਦਲੇਰੀ ਨਹੀਂ ਗੀ, ਕੁਰਬਾਨੀ ਦਾ ਜਜ਼ਬਾ ਹੈ ਨਹੀਂ, ਬਹਾਦਰੀ ਹੈ ਨਹੀਂ, ਅਤੇ ਗਿੱਦੜ ਰਹਿ ਗਿਆ ਸੀ ਤਾਂ ਜਿਹੜੇ ਕਹਿੰਦੇ ਚਿੜੀਆਂ ਸੇ ਮੈਂ ਬਾਜ ਤੜਾਓ, ਠੀਕ ਹੈ ਜੀ, ਅਤੇ ਚਿੜੀਆਂ ਹੀ ਰਹਿ ਗਿਆ, ਬਾਜ ਤਾਂ ਬਣੇ ਹੀ ਨਾ, ਗਿੱਦੜ ਹੀ ਰਹਿ ਗਿਆ, ਸ਼ੇਰ ਤਾਂ ਬਣੇ ਹੀ ਨਾ। ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਹਾਂ, ਗੁਰਦੁਆਰਿਆਂ 'ਚ ਹੀ ਲੜੀ ਜਾਂਦੇ ਹਾਂ, ਸਾਰੀ ਦੁਨੀਆ ਜਾਣਦੀ, ਸਾਡੇ ਉਹ ਸ਼ੇਰਾਂ ਦੀ ਜਿਹੜੀ ਕਰਨੀ ਹੈ ਉਹ ਤਾਂ ਸਾਹਮਣੇ ਆ ਜਾਂਦੀ ਹੈ, ਉਹ ਤਾਂ ਨਹੀਂ ਨਾ ਮੇਰੇ ਕਹੇ ਤਾਂ ਰਹਿੰਦੇ ਆ, ਉਹ ਤਾਂ ਸਾਰਿਆਂ ਸਾਹਮਣੇ ਆ। ਠੀਕ, ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਹੀ ਅਰਥਾਂ ਦੇ ਵਿੱਚ ਸਾਨੂੰ ਸਰਦਾਰੀਆਂ ਬਖਸ਼ੀਆਂ, ਸਰਦਾਰ ਬਣਾ ਦਿੱਤੇ, ਸਰਦਾਰ ਆਗੂ ਲੀਡਰ ਨੂੰ ਕਹਿੰਦੇ ਆ, ਕਿੱਥੇ ਕੋਈ ਪੁੱਛਦਾ ਨਹੀਂ ਸੀਗਾ। ਸੋ ਇਹ ਉਹਨਾਂ ਦੀ ਬਹੁਤ ਵੱਡੀ ਸਮਝੋ ਸਾਨੂੰ ਦੇਣ ਹੈ, ਬਖਸ਼ਿਸ਼ ਹੈ, ਜਿਹੜੀ ਕਿ ਮੈਂ ਲਿਖੀ ਹੈ ਕਵਿਤਾ ਦੇ ਵਿੱਚ ਜੀ, ਮੈਂ ਪੇਸ਼ ਵੀ ਕਰ ਦੇਣੀ ਹੁਣ ਦਰਸ਼ਕ ਸਾਹਮਣੇ। ਸ਼ੋਰ, ਸੋ ਚਾਹਾਂਗੇ ਜ਼ਰੂਰ ਤੁਸੀਂ ਜੋ ਲਿਖਿਆ ਹੈ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਜੀ। ਅਤੇ ਪਹਿਲਾਂ ਤਾਂ ਫਿਰ ਹਰਕੀਰਤ ਸਿੰਘ ਜੀ ਵੀ ਇਹੀ ਮੈਂ ਬੇਨਤੀ ਕਰਦੇ ਹਾਂ ਵੀ ਇਹ ਥੋੜ੍ਹਾ ਜਿੰਨਾ ਉਹਨਾਂ ਦਾ ਜੀਵਨ ਹੈ ਨਾ ਉਹਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ ਜੀ। ਇੱਕ ਬੰਦਾ ਬਹੁਤ ਵੱਡਾ ਵਿਦਵਾਨ ਹੈ, ਉਹ ਗੁਰੂ ਸਾਹਿਬ ਦੀ ਪਰਸਨੈਲਿਟੀ ਵਾਲੇ ਲਿਖਦਾ ਕਿ ਹੀ ਵਾਜ਼ ਏ ਗ੍ਰੇਟ ਸੇਂਟ, ਹੀ ਵਾਜ਼ ਏ ਗ੍ਰੇਟ ਵਾਰੀਅਰ, ਆਰਚਰ, ਸਭ ਕੁਛ ਕਰਦਾ, ਉਹ ਕਰ ਕਰਾ ਕੇ ਸੈਕਰੀਫਾਈਸਰ। ਤਾਂ ਫਿਰ ਕਹਿੰਦਾ ਵੀ ਉਹਨਾਂ ਦੀ ਪਰਸਨੈਲਿਟੀ ਇੰਨੀ ਮਹਾਨ ਹੈ, ਅਤੇ ਉਹ ਫਿਰ ਲਿਖਦਾ ਕਿ ਹਿਜ਼ ਪਰਸਨੈਲਿਟੀ ਡਿਫਾਈਜ਼ ਡੈਸਕ੍ਰਿਪਸ਼ਨ, ਬਿਆਨ ਨਹੀਂ ਕੀ ਤੋ ਕਰ ਸਕਦੇ। ਉਹੀ ਬਾਦਸ਼ਾਹ ਦਰਵੇਸ਼ ਦੇ ਬਾਰੇ ਮੈਂ ਉਹਨਾਂ ਦੀ ਪਰਸਨੈਲਿਟੀ ਜੀ ਜੀ ਸ਼ਖਸੀਅਤ ਬਿਆਨ ਕੀਤੀ ਹੈ ਜੀ, ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਇਹ ਖਿਆਲ ਰੱਖਣਾ ਹੈ ਜੀ, ਕਿ ਤੂੰ ਤਾਜ ਸੈ ਅਨੋਖਾ ਤਾਜਦਾਰ ਜ਼ਿੰਦਗੀ ਦਾ, ਕਿਉਂਕਿ ਜਿਹੜੀ ਸਿੱਖੀ ਬਖਸ਼ੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਤੀ ਜੀ, ਉਹ ਸਿੱਖੀ ਨੂੰ ਜਿਹੜਾ ਉਹਦੇ ਸਿਰ 'ਤੇ ਤਾਜ ਧਰਿਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਧਰਿਆ ਜੀ, ਇਹ ਬਹੁਤ ਵੱਡੀ ਗੱਲ ਹੈ। ਤਾਂ ਉਹ ਬਿਆਨ ਕੀਤਾ ਕਿ ਤੂੰ ਤਾਜ ਸੈ ਅਨੋਖਾ ਤਾਜਦਾਰ ਜ਼ਿੰਦਗੀ ਦਾ, ਤੂੰ ਸ਼ਾਹ ਸੈ ਅਨੋਖਾ ਸ਼ਾਹਕਾਰ ਜ਼ਿੰਦਗੀ ਦਾ, ਆ ਗਈ ਉਹੀ ਗੱਲ ਮਾਸਟਰ ਪੀਸ ਜੀ ਜੀ, ਤੂੰ ਸ਼ਾਹ ਸੈ ਅਨੋਖਾ ਸ਼ਾਹਕਾਰ ਜ਼ਿੰਦਗੀ ਦਾ, ਸੂਲਾਂ ਦੀ ਸੇਜ ਉੱਤੇ ਫੁੱਲਾਂ ਦੇ ਜਿਉਣ ਜਿਹਾ ਆਵਾਦ ਤੈਂ ਸੀ ਕੀਤਾ ਸੰਸਾਰ ਜ਼ਿੰਦਗੀ ਦਾ, ਸੰਸਾਰ ਜ਼ਿੰਦਗੀ ਦਾ, ਜੀਵਨ ਦੀ ਕਾਲ ਤੇਰੀ ਸਦੀਆਂ ਤੋਂ ਵੱਧ ਸੀ ਲੰਬੀ ਜੀ, ਹਰ ਖਿੰਨ ਪਲ ਸੀ ਤੇਰਾ ਸ਼ਾਹਕਾਰ ਜ਼ਿੰਦਗੀ ਦਾ। ਜਿਨ੍ਹਾਂ ਨੇ ਉਹਨਾਂ ਦੀ ਜੀਵਨੀ ਪੜ੍ਹੀ ਉਹ ਸਮਝ ਸਕਦੇ ਇਹ ਸ਼ੇਰ, ਬਿਲਕੁਲ, ਜਦੋਂ ਦੂਜੇ ਫਿਲੋਸਫਰਾਂ ਨੂੰ ਪੈਗੰਬਰਾਂ ਨੂੰ ਕੁਛ ਗਿਆਨ ਹੋਇਆ ਦੁਨੀਆਂ ਨੂੰ ਦੇਣ ਤੁਰੇ, ਤਾਂ ਗੁਰੂ ਸਾਹਿਬ ਤਾਂ ਉਸ ਉਮਰ ਤੋਂ ਸਭ ਕੁਛ ਕਰ ਕਰਾ ਕੇ ਚਲੇ ਵੀ ਗਏ ਇਸ ਤੋਂ। ਠੀਕ, ਇਸ ਕਰਕੇ ਜੀਵਨ ਦੀ ਕਾਲ ਤੇਰੀ ਸਦੀਆਂ ਤੋਂ ਵੱਧ ਸੀ ਲੰਬੀ, ਹਰ ਖਿੰਨ ਪਲ ਸੀ ਤੇਰਾ ਸ਼ਾਹਕਾਰ ਜ਼ਿੰਦਗੀ ਦਾ, ਤੇਰੀ ਹੀ ਕਿਰਨ ਪਾ ਕੇ ਰਾਹਾਂ ਦੀ ਧੂੜ ਜ਼ਰਾ ਦੁਨੀਆਂ 'ਤੇ ਬਣ ਗਿਆ ਰਾਹਕਾਰ ਜ਼ਿੰਦਗੀ। ਸਰਦਾਰ ਜੀ ਕਹਿ ਕੇ ਬੁਲਾਉਂਦੇ ਆ, ਤੇਰੀ ਹੀ ਕਿਰਨ ਪਾ ਕੇ, ਇਹ ਉਹਨਾਂ ਦੀ ਸ਼ਕਤੀ ਆ ਜਿਹੜੀ ਸਾਡੇ ਅੰਦਰ ਬੋਲ ਰਹੀ ਆ ਜੀ, ਤੇਰੀ ਹੀ ਕਿਰਨ ਪਾ ਕੇ ਰਾਹਾਂ ਦੀ ਧੂੜ ਜ਼ਰਾ ਦੁਨੀਆਂ 'ਤੇ ਬਣ ਗਿਆ ਹੈ ਰਾਹਕਾਰ ਜ਼ਿੰਦਗੀ ਦਾ, ਹਾਰੇ ਨਿਹੁੱਟਿਆਂ ਲਈ ਕਾਇਰਾਂ 'ਤੇ ਮੁਰਦਿਆਂ ਲਈ ਸੋਮਾ ਤੈਂ ਬਖਸ਼ ਦਿੱਤਾ ਤਲਵਾਰ ਜ਼ਿੰਦਗੀ ਦਾ, ਬਹੁਤ ਖੂਬ ਹਾਂਜੀ, ਸੋਮਾ ਤਾਂ ਬਖਸ਼ ਦਿੱਤਾ ਤਲਵਾਰ ਜ਼ਿੰਦਗੀ ਦਾ, ਆ ਗਈ ਨਾ ਸਿਰ ਤਰਤ ਗਲੀ ਮੁਰਿਆਓ, ਤੇਰੀ ਹੀ ਕਿਰਨ ਪਾ ਕੇ ਰਾਹਾਂ ਦੀ ਤੂੜ ਜ਼ਰਾ ਦੁਨੀਆਂ 'ਤੇ ਬਣ ਗਿਆ ਹੈ ਰਾਹਕਾਰ ਜ਼ਿੰਦਗੀ ਦਾ, ਹਾਰੇ ਨਿਹੁੱਟਿਆਂ ਲਈ ਕਾਇਰਾਂ 'ਤੇ ਮੁਰਦਿਆਂ ਲਈ ਸੋਮਾ ਤਾਂ ਬਖਸ਼ ਦਿੱਤਾ ਤਲਵਾਰ ਜ਼ਿੰਦਗੀ ਦਾ ਜੀ। ਲਓ ਜੀ, ਦੁਨੀਆਂ 'ਤੇ ਵਿਰਲਿਆਂ ਨੂੰ
ਮਿਲਿਆ ਏ ਸਾਰ ਮਾਸਾ ਹੀ, ਕੋਈ ਟੈਗੋਰ ਨੂੰ ਮਿਲ ਗਿਆ ਜਾਂ ਕਿਸੇ ਇਕਬਾਲ ਨੂੰ ਮਿਲ ਗਿਆ, ਰਾਈਟ, ਦੁਨੀਆਂ ਤੇ ਵਿਰਲਿਆਂ ਨੂੰ ਮਿਲਿਆ ਏ ਸਰ ਮਸਾ ਹੀ ਜੀ, ਤੇਰਾ ਏ ਹਰ ਸਿਪਾਹੀ ਸਰਦਾਰ ਜ਼ਿੰਦਗੀ। ਵਾਹ ਜੀ ਵਾਹ, ਬਹੁਤ ਖੂਬ। ਸਰਦਾਰ ਕਪੂਰ ਸਿੰਘ ਜੀ ਆਪਣੇ ਸਿਰਦਾਰ ਲਿਖਦੇ ਸੀ, ਰਾਈਟ ਰਾਈਟ ਰਾਈਟ, ਦੁਨੀਆਂ ਤੇ ਵਿਰਲਿਆਂ ਨੂੰ ਮਿਲਿਆ ਏ ਸਰ ਮਸਾ ਹੀ, ਤੇਰਾ ਏ ਹਰ ਸਿਪਾਹੀ ਸਰਦਾਰ ਜ਼ਿੰਦਗੀ ਦਾ ਜੀ, ਨੀਵੇਂ ਨਿਮਾਣਿਆਂ ਨੂੰ ਮਿਲਦਾ ਸੀ ਮਾਣ ਜਿੱਥੇ ਜੀ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਵੇਂ ਨਿਮਾਣਿਆਂ ਨੂੰ ਮਿਲਦਾ ਸੀ ਮਾਣ ਜਿੱਥੇ, ਤੇਰਾ ਸੀ ਉਹ ਇਲਾਹੀ ਦਰਬਾਰ ਜ਼ਿੰਦਗੀ ਦਾ, ਦਰਬਾਰ ਜ਼ਿੰਦਗੀ ਦਾ, ਤਦਵੀਰ ਵਿੱਚ ਬਦਲ ਕੇ ਜੀ, ਖੰਡੇ ਦੀ ਸ਼ਹਿਨਸ਼ਾਹੀ, ਤਦਵੀਰ ਵਿੱਚ ਬਦਲ ਕੇ, ਇਹ ਮੰਗਿਆ ਨਹੀਂ ਗੱਲ ਬਣਨੀ, ਰਾਈਟ ਹੈ ਜੀ, ਸ਼ੇਰ ਬਣੋ, ਤਦਵੀਰ ਵਿੱਚ ਬਦਲ ਕੇ ਖੰਡੇ ਦੀ ਸ਼ਹਿਨਸ਼ਾਹੀ, ਹਰ ਰੂਪ ਤੈਂ ਬਦਲਿਆ ਸਾਕਾਰ ਜ਼ਿੰਦਗੀ ਦਾ। ਵਾਹ ਜੀ ਵਾਹ, ਬਹੁਤ ਖੂਬ। ਜਦ ਮਰਨਾ ਹੀ ਤੱਕ ਲਿਆ, ਕੁਰਬਾਨੀ ਤੱਕ ਲਈ, ਫਿਰ ਸਾਡੇ ਕੋਲ ਕਮੀ ਕਾਹਦੀ ਹੈ? ਬਿਲਕੁਲ ਜੀ, ਹਰ ਰੂਪ ਤੈਂ ਬਦਲਿਆ ਲਾਚਾਰ ਜ਼ਿੰਦਗੀ ਦਾ, ਕੁਰਬਾਨੀਆਂ ਦਾ ਭਰ ਕੇ ਨੀਹਾਂ 'ਚ ਮਿੱਝ ਗਾਰਾ ਜੀ, ਮਹਿਲ ਤੈਸ ਕੀਤਾ ਤਿਆਰ ਜ਼ਿੰਦਗੀ ਦਾ। ਬਹੁਤ ਖੂਬ, ਬਹੁਤ ਖੂਬ। ਇਹ ਜਿਹੜਾ ਖਾਲਸਾ ਬਣਿਆ ਐਵੇਂ ਨਹੀਂ ਬਣੀ, ਇਹ ਕੁਰਬਾਨੀਆਂ ਦਾ ਗਾਰਾ ਲੱਗਿਆ ਉੱਥੇ, ਕੁਰਬਾਨੀਆਂ ਦਾ ਭਰ ਕੇ ਨੀਹਾਂ 'ਚ ਮਿੱਝ ਗਾਰਾ, ਮਹਿਲ ਤੈਂ ਸੀ ਕੀਤਾ ਸਾਕਾਰ ਜ਼ਿੰਦਗੀ ਦਾ। ਆ ਗਏ ਜੀ ਫਸਟ ਏਡ, ਹਰ ਜ਼ਖਮੀ ਦੇ ਜ਼ਖਮੀ ਅੰਦਰ ਤੇਰਾ ਜੋ ਨੂਰ ਤੱਕੇ, ਉਹ ਦੂਤ ਸੀ ਘਨੱਈਆ ਇੱਕ ਸਾਰ ਜ਼ਿੰਦਗੀ ਦਾ। ਵਾਹ ਜੀ ਵਾਹ, ਬਹੁਤ ਖੂਬ। ਹਰ ਜ਼ਖਮੀ ਦੇ ਜ਼ਖਮੀ ਅੰਦਰ, ਦੇਖੋ ਕਿੱਡੀ ਵੱਡੀ ਮਾਨਵਤਾ ਦੀ ਗੱਲ ਹੈ। ਬਿਲਕੁਲ, ਹਰ ਜ਼ਖਮੀ ਦੇ ਜ਼ਖਮੀ ਅੰਦਰ ਜੀ, ਜੋ ਤੇਰਾ ਹੀ ਰੂਪ ਤੱਕੇ, ਉਹ ਰੂਪ ਸੀ ਘਨੱਈਆ ਇੱਕ ਸਾਰ ਜ਼ਿੰਦਗੀ ਦਾ, ਤੇਰੀ ਦਹਿਲੀਜ਼ ਉੱਤੇ ਆਕੀ ਤੇ ਨਾਢੂਆਂ ਦਾ ਜੀ, ਸਿਜਦੇ ਲਈ ਸੀ ਡਿੱਗਦਾ ਹੰਕਾਰ ਜ਼ਿੰਦਗੀ ਦਾ, ਖੰਡੇ ਦੀ ਧਾਰ ਉੱਤੇ ਘੁੰਡ ਮੌਤ ਦਾ ਉਠਾ ਕੇ, ਕਰਦੇ ਨੇ ਤੇਰੇ ਦੂਲੇ ਦੀਦਾਰ ਜ਼ਿੰਦਗੀ। ਬਹੁਤ ਖੂਬ ਜੀ, ਬਹੁਤ। ਖੰਡੇ ਦੀ ਧਾਰ ਉੱਤੇ ਜੀ, ਕੁੰਡ ਮੌਤ ਦਾ ਉਠਾ ਕੇ, ਕਰਦੇ ਨੇ ਤੇਰੇ ਦੂਲੇ ਦੀਦਾਰ ਜ਼ਿੰਦਗੀ ਦਾ। ਆ ਗਈ ਨਾ ਗੁਰੂ ਨਾਨਕ ਦੇਵ ਜੀ ਵਾਲੀ? ਬਿਲਕੁਲ ਬਿਲਕੁਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ ਜੀ, ਬਹੁਤ ਵਧੀਆ ਤੁਸੀਂ ਲਿਖਿਆ। ਪਰ ਇਹ ਚੀਜ਼ ਜਿਹੜੀ ਤੁਸੀਂ ਜੋ ਕਿਰਦਾਰ ਗੁਰੂ ਸਾਹਿਬ ਦਾ ਤੁਸੀਂ ਡਿਪਿਕਟ ਕੀਤਾ ਆਪਣੀ ਲਿਖਤਾਂ ਦੇ ਵਿੱਚ, ਹੁਣ ਇਸ ਨੂੰ ਕਿਵੇਂ ਤੁਸੀਂ ਸਮਝਦੇ ਹੋ ਕਿ ਆਪਣੇ ਜੀਵਨ ਵਿੱਚ ਅਸੀਂ ਸਿੱਖ ਜਿਹੜੇ ਨੇ ਇਹਨੂੰ ਰਿਫਲੈਕਟ ਕਰਨਾ ਹੈ? ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਵਾਂਗੇ ਅਤੇ ਇਸ ਬਾਰੇ ਵੀ ਕੁਝ ਚਰਚਾ ਕਰਦੇ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ, ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1-866-790-8984 ਬਿਜ਼ਨਸ ਸੋਲੂਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸਪਿਰਚੁਅਲ ਸੈਗਮੈਂਟ ਵਿੱਚ। ਵਿਸਾਖੀ ਦੇ ਇਸ ਸ਼ੁਭ ਅਵਸਰ 'ਤੇ ਜਿੱਥੇ ਅਸੀਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ, ਪਰ ਉਸ ਦੇ ਨਾਲ ਨਾਲ ਗੁਰੂ ਸਾਹਿਬ ਦੀ ਉਹ ਸੋਚ ਜਿਸ ਨਾਲ ਸਾਨੂੰ ਜੁੜਨ ਦੀ ਲੋੜ ਹੈ, ਉਸ ਪ੍ਰਤੀ ਬ੍ਰੇਕ ਤੋਂ ਪਹਿਲਾਂ ਵੀ ਗੱਲਾਂ ਬਾਤਾਂ ਹੋਈਆਂ, ਕਿਵੇਂ ਇਹ ਸੋਚ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਹੈ, ਆ ਉਸ ਬਾਰੇ ਕੁਝ ਹੋਰ ਚਰਚਾ ਕਰਦੇ ਹਾਂ ਜੀ ਭਾਈ ਸਾਹਿਬ। ਸੋ ਕੋਟਲੀ ਸਾਹਿਬ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਇਹ ਕਵਿਤਾ ਰਾਹੀਂ ਗੁਰੂ ਸਾਹਿਬ ਦੀ ਸ਼ਖਸੀਅਤ ਜੋ ਹੈ ਉਸਨੂੰ ਅੱਗੇ ਉਜਾਗਰ ਕੀਤਾ, ਹੁਣ ਉਹ ਸ਼ਖਸੀਅਤ ਵਿੱਚੋਂ ਅਸੀਂ ਕੀ ਸਿੱਖਣਾ ਹੈ, ਕਿਸ ਤਰ੍ਹਾਂ ਉਸ ਚੀਜ਼ ਨੂੰ ਅਸੀਂ ਲਾਗੂ ਕਰਨਾ, ਉਸ ਮੁਤਾਲਕ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਅਮਲੀ ਜੀਵਨ ਬਖਸ਼ਿਆ ਨਾ, ਗੁਰੂ ਨਾਨਕ ਦੇਵ ਜੀ ਨੇ ਕਿਰਤ ਦੱਸੀ ਜੀ, ਡਟਕੇ ਜੀ ਉਹ ਜੇ ਕਿਰਤ ਕਰਦੇ ਤਾਂ ਕਮੀ ਕੋਈ ਨਹੀਂ, ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕਰਕੇ ਤਾਂ ਬਿਲਕੁਲ ਹੀ ਕਮਾਲ ਹੀ ਕਰਤੀ ਹੈ ਨਾ ਜੀ, ਕਮਾਲ ਹੀ ਕਮਾਲ ਹੈ। ਪਰ ਗੁਰੂ ਸਾਹਿਬ ਨੇ ਇਹ ਵੀ ਕਹਿਤਾ ਕਿ ਇਹ ਕੋਈ ਇਹ ਰਸਮ ਨਹੀਂ ਗੀ ਵੀ ਛਕ ਲਿਆ ਅੰਮ੍ਰਿਤ ਅਤੇ ਬਸ ਪਵਿੱਤਰ ਹੋ ਗਏ ਖਾਲਸਾ ਬਣ ਗਏ, ਇਹ ਅਮਲੀ ਤੌਰ 'ਤੇ ਤੁਹਾਨੂੰ ਖਾਲਸਾ ਬਣਨਾ ਪੈਣਾ, ਤੁਹਾਡਾ ਕਿਰਦਾਰ ਜਿਹੜਾ ਚੱਲਣਾ ਹੈ ਉਹ ਖਾਲਸ ਹੋਣਾ ਚਾਹੀਦਾ, ਤਾਂ ਖਾਲਸਾ ਆ ਠੀਕ। ਤਾਂ ਉਹਨਾਂ ਦੀ ਤਾਂ ਬਾਣੀ ਵੀ ਗੁਰੂ ਨਾਨਕ ਦੇਵ ਜੀ ਵਾਂਗੂ ਬੜੀ ਸਿੱਧੀ ਹੈ ਜੀ, ਉਹ ਕਹਿੰਦੇ ਵੀ ਖਾਲਸਾ ਮੇਰਾ ਰੂਪ ਹੈ ਖਾਸ ਜੀ, ਪਰ ਜੇ ਖਾਲਸਾ ਹੋਵੇ ਤਾਂ ਮੇਰਾ ਵਰਗਾ ਪਖੰਡੀ ਨਾ ਹੋਵੇ, ਤਾਂ ਖਾਲਸੇ ਮੈਂ ਹਾਂ ਕਰੂ ਨਿਵਾਸ ਹਾਂਜੀ। ਅਤੇ ਗੁਰੂ ਸਾਹਿਬ ਨੇ ਫਿਰ ਅਮਲੀ ਜੀਵਨ ਦੇ ਉੱਤੇ ਇੱਕ ਨਿੱਗਰ ਜ਼ਿੰਦਗੀ ਜੀਉਣ ਵਾਸਤੇ
ਹੌਸਲੇ ਭਰਪੂਰ ਹੋਵੇ, ਜਿਹੜਾ ਕਿਸੇ ਦੇ ਅਧੀਨ ਨਾ ਹੋਵੇ, ਸੱਚੀ ਉੱਚੀ ਸ਼ੇਰ ਵੀ ਹੋਵੇ। ਉਹਨੇ ਫਿਰ ਇਹ ਵੀ ਕਹਿਤੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਠੀਕ, ਕਿਉਂਕਿ ਬਾਣੀ ਦਾ ਸਾਰਾ ਸਿਧਾਂਤ ਅਸੀਂ ਗੋਰਿਆਂ ਨੂੰ ਬਹੁਤ ਜਗ੍ਹਾ ਦੱਸ, ਹੁਣ ਵੀ ਦੱਸ ਕੇ ਆਇਆ ਇੱਕ ਜਗ੍ਹਾ ਇੱਥੇ ਯੂਨੀਵਰਸਿਟੀ 'ਚ, ਕਿ ਸਾਡੇ ਗੁਰੂ ਨੇ ਬਹੁਤ ਵਧੀਆ ਗੱਲ ਦੱਸੀ ਹੈ ਜੀ, ਕਿਸੇ ਵੀ ਰਾਹੇ ਤੁਸੀਂ ਚੰਗਾ ਕੰਮ ਕਰਦੇ ਆ ਤਾਂ ਚੰਗੇ ਕੰਮ 'ਤੇ ਨਿਬੇੜਾ ਹੋਣਾ। ਠੀਕ, ਕਿ ਕਰਨੀ ਉੱਪਰ ਹੋਗਤ ਪਾਵਸ, ਜਿਹੜੇ ਅਮਲ ਹੈ ਉਹਨਾਂ 'ਤੇ ਨਿਬੇੜਾ ਹੋਣਾ। ਠੀਕ, ਅਤੇ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ। ਠੀਕ, ਕਿਸੇ ਦੀ ਮੰਗੀ ਉਹ ਦਾਤ ਨਾ ਮੈਨੂੰ ਨਹੀਂ ਕੁਛ ਮਿਲਣਾ। ਠੀਕ, ਜੇ ਮੈਂ ਪਾਸ ਹੋਣਾ ਤਾਂ ਮੈਨੂੰ ਪੜ੍ਹਾਈ ਆਪ ਕਰਨੀ ਪੈਣੀ ਹੈ। ਠੀਕ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਇਹੀ ਦਿੱਤਾ ਕਿ ਦੇਖੋ ਮੇਰੇ ਸਪੁੱਤਰ ਤੁਸੀਂ ਤਾਂ ਹੀ ਹੈ, ਮੇਰਾ ਲਾਡਲਾ ਖਾਲਸਾ ਤਾਂ ਹੀ ਹੈ ਜੇ ਮੇਰੇ ਵਾਲੀ ਜਿਹੜੀ ਰਹਿਤ ਮੈਂ ਦੱਸੀ ਹੈ ਉਹਨੂੰ ਪਿਆਰੀ ਸਮਝ ਕੇ ਅਪਣਾਓਗੇ। ਸੋ ਕੀ ਇਸ ਨੂੰ ਤੁਸੀਂ ਕੁਛ ਲਿਖਤਾਂ ਰਾਹੀਂ ਅੱਗੇ ਲਿਆਂਦਾ ਜੀ? ਮੈਂ ਇੱਕ ਵਾਰੀ ਜੀ, ਮੇਰਾ ਦੋਸਤ ਕਹਿੰਦਾ ਜੀ ਕੋਟਲੀ ਸਾਹਿਬ ਕੋਈ ਗੱਲਬਾਤ ਸੁਣਾਓ, ਤਾਂ ਉਦੋਂ ਮੈਂ ਤਾਜ਼ੀ ਤਾਜ਼ੀ ਕਵਿਤਾ ਲਿਖੀ ਸੀ। ਮੈਂ ਕਿਹਾ ਦੇਖੋ ਗੁਰੂ ਸਾਹਿਬ ਦਾ ਜਾਂ ਗੁਰੂ ਨਾਨਕ ਦੇਵ ਜੀ ਦਾ, ਸਾਰੇ ਗੁਰੂਆਂ ਦਾ ਕਿੱਡਾ ਪਕਾਰ ਹੈ ਵੀ ਜਿਹੜੀ ਪੋਇਟਰੀ ਆ ਸਾਰੀ ਜੀ ਉਹ ਕਿੱਡੀ ਹਾਈਐਸਟ ਲੈਵਲ ਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਰੀ ਬਾਣੀ ਹੈ। ਠੀਕ, ਅਤੇ ਮੇਰੇ ਦਿਮਾਗ 'ਚ ਆ ਵੀ ਬਈ ਇਹਦੇ ਬਾਰੇ ਵੀ ਲਿਖਿਆ ਜਾਵੇ ਵੀ ਰਹਿਤ ਪਿਆਰੀ ਮੁਝ ਕੋ। ਠੀਕ ਹੈ, ਅਤੇ ਇਸ ਕਰਕੇ ਮੈਂ ਜੇ ਕੋਈ ਚੰਗੇ ਕੰਮ ਕਰਨ ਵਾਲਾ ਤਾਂ ਮੈਨੂੰ ਤਾਂ ਉਹੋ ਜਿਹੇ ਕੋਈ ਵੀ ਹੈ ਤਾਂ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਦਾ ਹੀ ਰੂਪ ਦੀਦਾ ਹੈ, ਖਾਲਸਾ ਹੋਵੇ। ਸੋ ਸੁਣਨੇ ਜੀ, ਸੁਣਾਈਏ, ਸੁਣਾਓ ਸਾਨੂੰ। ਉਹ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਮੈਂ ਤੁਹਾਨੂੰ ਦਸਵੇਂ ਪਾਤਸ਼ਾਹ ਦਰਸ਼ਨ ਕਰਾਵਾਂ ਜੀ, ਉਹ ਕਹਿੰਦੇ ਜੀ ਕਰਾ ਦਿਓ, ਇਹ ਕੀ ਗੱਲ ਹੋਈ। ਮੈਂ ਕਿਹਾ ਯਾਰ ਉਹਨਾਂ ਦੀ ਮੈਂ ਸਾਰੀ ਜਿਹੜੀ ਕਰਨੀ ਕੀਤੀ ਉਹ ਬਿਆਨ ਕੀਤੀ ਹੈ, ਉਹਦੇ ਦਰਸ਼ਨ ਹੋ ਗਏ ਬਿਲਕੁਲ। ਅਤੇ ਦਸਮੇਸ਼ ਦੇਖਦਾ। ਅੱਛਾ ਜੀ, ਜਦ ਵੀ ਮੈਂ ਖਾਲਸੇ ਨੂੰ ਸਾਕਾਰ ਦੇਖਦਾ ਹਾਂ ਤੇਰਾ ਹੀ ਰੂਪ ਸੋਹਣਾ ਦਾਤਾਰ ਦੇਖਦਾ ਹਾਂ। ਹਾਂਜੀ ਵਾਹ, ਠੀਕ, ਪਰ ਹੋਵੇ ਖਾਲਸਾ। ਠੀਕ, ਜਦ ਵੀ ਮੈਂ ਖਾਲਸੇ ਨੂੰ ਸਾਕਾਰ ਦੇਖਦਾ ਹਾਂ ਤੇਰਾ ਹੀ ਰੂਪ ਸੋਹਣਾ ਦਾਤਾਰ ਦੇਖਦਾ ਹਾਂ, ਕਲਗੀ ਦੀ ਸ਼ਾਨ ਦੇਖਾਂ ਉੱਡਦਾ ਹੈ ਬਾਜ ਅੱਗੇ ਨੀਲੇ ਅਤੇ ਨੂਰ ਤੇਰਾ ਅਸਵਾੜ ਦੇਖਦਾ। ਹਾਂਜੀ ਵਾਹ, ਜਦ ਵੀ ਮੈਂ ਖਾਲਸੇ ਨੂੰ ਸਾਕਾਰ ਦੇਖਦਾ ਹਾਂ ਜੀ। ਲਓ ਜੀ, ਇਹ ਬਹੁਤ ਧਿਆਨ ਨਾਲ ਦਰਸ਼ਕਾਂ ਦੇ ਵੀ ਸੁਣਨ ਵਾਲਾ ਆ ਜੀ, ਕਿ ਧਰਿਆ ਮਨੁੱਖਤਾ ਦੇ ਸਿਰ 'ਤੇ ਮੈਂ ਤਾਜ ਦੇਖਾਂ। ਹਾਂਜੀ, ਸਾਰੀ ਮਨੁੱਖਤਾ ਦੇ ਧਰਿਆ ਮਨੁੱਖਤਾ ਦੇ ਸਿਰ 'ਤੇ ਮੈਂ ਤਾਜ ਦੇਖਾਂ ਜੀ, ਤੇਰਾ ਜਾਂ ਕੇਸ ਗੜਚੇ ਦਰਬਾਰ ਦੇਖਦਾ। ਇਹਨੂੰ ਹੁਣ ਜਿੰਨਾ ਮਰਜ਼ੀ ਸਮਝੀ ਜਾਓ, ਦੇਖ ਲਓ ਕੀ ਚੀਜ਼ ਹੈ ਜੀ। ਜੀ, ਉਹਨਾਂ ਦਾ ਦਰਬਾਰ ਜਿਹੜਾ ਸੀ ਕੇਸਗੜ੍ਹ ਦਾ, ਖਾਲਸੇ ਦੀ ਸਿਰਜਣਾ, ਉਹ ਮਨੁੱਖਤਾ ਦੇ ਸਿਰ 'ਤੇ ਹੈ ਜੀ ਸ਼ਾਨ ਦਾ ਤਾਜ ਧਰਤਾ ਗੁਰੂ ਸਾਹਿਬ ਨੇ। ਠੀਕ, ਧਰਿਆ ਮਨੁੱਖਤਾ ਦੇ ਸਿਰ 'ਤੇ ਮੈਂ ਤਾਜ ਦੇਖਾਂ, ਤੇਰਾ ਜਾਂ ਕੇਸ ਗੜ੍ਹ 'ਚ ਦਰਬਾਰ ਦੇਖਦਾ ਹਾਂ, ਨੀਵੇਂ ਨਿਵਾਣਿਆਂ ਨੂੰ ਜੀ ਬਖਸ਼ੀ ਤੈਂ ਸ਼ਹਿਨ ਸ਼ਾਹੀ, ਹਰ ਥਾਂ ਦਾ ਤਾਰ ਤੇਰਾ ਜੀ ਉਪਕਾਰ ਦੇਖਦਾ ਹਾਂ। ਵਾਹ ਜੀ, ਸਰਦਾਰੀ। ਠੀਕ, ਹਾਂਜੀ, ਨੀਵੇਂ ਨਿਵਾਣਿਆਂ ਨੂੰ ਬਖਸ਼ੀ ਤਾਂ ਸ਼ਹਿਨ ਸ਼ਾਹੀ, ਹਰ ਥਾਂ ਦਾ ਤਾਰ ਤੇਰਾ ਉਪਕਾਰ ਦੇਖਦਾ ਹਾਂ ਜੀ, ਸੁੰਦਰ ਸਰੂਪ ਸਿੰਘ ਨੂੰ ਬਖਸ਼ੇ ਤਾਂ ਪੰਜ ਕੱਕੇ, ਪੰਜਾਂ ਦੀ ਸ਼ਾਨ ਸਿਰ 'ਤੇ ਦਸਤਾਰ ਦੇਖਦਾ ਹਾਂ। ਵਾਹ ਜੀ ਵਾਹ ਜੀ, ਪੰਜਾਂ ਦੀ ਸ਼ਾਨ ਸਿਰ 'ਤੇ ਦਸਤਾਰ ਦੇਖਦਾ। ਉਹ ਮੈਨੂੰ ਪੁੱਛ ਲੈਂਦਾ ਜੀ ਵੀ ਪਗੜੀ ਦੀ ਕੀ ਮਤੀ ਆ, ਮਤਾ ਮੈਂ ਕਿਹਾ ਵੀ ਮਹਾਰਾਜ ਨੇ ਪੰਜ ਕਾਰਦਾਂ ਨੂੰ ਬਖਸ਼ਿਆ ਜੀ, ਜੀ ਕੇਸ ਬਖਸ਼ਿਆ, ਉਹਨਾਂ ਦੀ ਸ਼ਾਨ ਸਿਰ 'ਤੇ ਸਾਡਾ ਤਾਜ ਆ। ਠੀਕ ਹੈ, ਉਹ ਗੁਜ਼ਰ ਜਾਂਦੇ ਆ ਕਿ ਸੁੰਦਰ ਸਰੂਪ ਸਿੰਘ ਨੂੰ ਜੀ, ਇਹ ਗੋਡ ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਇਹ ਕ੍ਰਿਸ਼ਨ ਵੀ ਕਹਿੰਦੇ ਆ ਨਾ ਜੀ ਜੀ ਜੀ। ਅਤੇ ਖਾਲਸੇ ਦੀ ਜਿਹੜੀ ਸ਼ਕਲ ਮੈਂ ਕਹਿੰਦਾ ਹੁੰਦਾ ਵੀ ਜੇ ਰੱਬ ਹੈਗਾ ਤਾਂ ਉਹਦੀ ਸੁੰਦਰ ਸ਼ਕਲ ਜਿਹੜੀ ਉਹ ਸਾਡੇ ਵਰਗੀ, ਉਹ ਖਾਲਸੇ ਦੀ ਸ਼ਕਲ ਹੈ। ਠੀਕ ਹੈ ਜੀ, ਤਾਂ ਸੁੰਦਰ ਸਰੂਪ ਸਿੰਘ ਨੂੰ ਬਖਸ਼ੇ ਤਾਂ ਪੰਜ ਕੱਕੇ ਜੀ, ਪੰਜਾਂ ਦੀ ਸ਼ਾਨ ਸਿਰ 'ਤੇ ਦਸਤਾਰ ਦੇਖਦਾ ਹਾਂ, ਪੰਜਾਂ ਤੋਂ ਸੀਸ ਲੈ ਕੇ ਜੀ ਲੱਖਾਂ ਨੂੰ ਅਮਰ ਕੀਤਾ, ਪੰਜਾਂ ਤੋਂ ਸੀਸ ਲੈ ਕੇ ਲੱਖਾਂ ਨੂੰ ਅਮਰ ਕੀਤਾ, ਤਲਵਾਰ ਦਾ ਉਹ ਤੇਰਾ ਸ਼ਾਹਕਾਰ ਦੇਖਦਾ ਹਾਂ, ਤਲਵਾਰ ਦਾ ਉਹ ਤੇਰਾ ਸ਼ਾਹਕਾਰ ਦੇਖਦਾ ਹਾਂ, ਅਜੀਤ ਟੁਰ ਗਿਆ ਹੈ ਜੁਝਾਰ ਵੀ ਟੁਰੇਗਾ, ਚਮਕੌੜ ਦਾ ਉਹ ਸਾਕਾ ਖੂਨ ਖਾਰ ਦੇਖਦਾ ਹਾਂ, ਚਮਕੌੜ ਦਾ ਉਹ ਸਾਕਾ ਖੂਨ ਖਾਰ ਦੇ ਖੂਨ ਖਾਰ ਦੇਖਦਾ ਹਾਂ, ਤੇਰੇ ਜੋ ਦੋ ਜਿਗਰ ਟੋਟੇ ਖਾ ਗਈ ਜੋ ਡੈਣ ਬਣ ਕੇ, ਸਰਹੰਦ ਦੀ ਉਹ ਖੂਨੀ ਦੀਵਾਰ ਦੇਖਦਾ ਜੀ, ਤੇਰੇ ਦੋ ਜਿਗਰ ਟੋਟੇ ਖਾ ਗਈ ਜੋ ਡੈਣ ਬਣ ਕੇ, ਸਰਹੰਦ ਦੀ ਉਹ ਖੂਨੀ
ਤੀਹ ਵਾਰ ਦੇਖਦਾ ਹਾਂ, ਜਦ ਵੀ ਮੈਂ ਖਾਲਸੇ ਨੂੰ ਸਾਕਾਰ ਦੇਖਦਾ ਹਾਂ। ਵਾਜਵਾ ਜੰਝੂ ਤਿਲਕ ਦੀ ਖਾਤਰ, ਇਸ ਦੇਸ਼ ਕੌਮ ਖਾਤਰ ਜੀ, ਜੰਝੂ ਤਿਲਕ ਦੀ ਖਾਤਰ, ਇਸ ਦੇਸ਼ ਕੌਮ ਖਾਤਰ ਜੀ, ਤੇਰਾ ਤੀਲ ਤੀਲ ਹੋਇਆ ਘਰ ਵਾਰ ਦੇਖਦਾ। ਵਾਜਵਾ ਤੇਰਾ ਤੀਲ ਤੀਲ ਹੋਇਆ ਘਰ ਵਾਰ ਦੇਖਦਾ ਹਾਂ, ਪਰਿਵਾਰ ਦੇਖਦਾ ਹਾਂ ਜਾਂ ਪਾਰ ਦੇਖਦਾ ਹਾਂ ਜੀ। ਜ਼ਿੰਦਗੀ ਨੂੰ ਬਾਹਰ ਜੰਮੇ ਜੀ, ਜ਼ਿੰਦਗੀ ਨੂੰ ਬਾਹਰ ਜੰਮੇ, ਜ਼ਿੰਦਗੀ ਨੂੰ ਪਾਉਣ ਵਾਲੇ ਤੇਰੇ ਖਾਲਸੇ ਨੂੰ ਹਰ ਥਾਂ ਸਰਦਾਰ ਦੇਖਦਾ ਹਾਂ, ਉਰਵਾਰ ਦੇਖਦਾ ਹਾਂ ਜਾਂ ਪਾਰ ਦੇਖਦਾ ਹਾਂ, ਹਰ ਥਾਂ ਹਜ਼ੂਰ ਤੇਰਾ ਦੀਦਾਰ ਦੇਖਦਾ ਹਾਂ, ਜਦ ਵੀ ਮੈਂ ਖਾਲਸੇ ਨੂੰ ਸਾਕਾਰ ਦੇਖਦਾ। ਬਹੁਤ ਖੂਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕੋਟਲੀ ਸਾਹਿਬ, ਇਹ ਸਾਰੀ ਸਾਂਝ ਪਾਉਣ ਲਈ। ਇਹ ਜੋ ਤੁਸੀਂ ਦੱਸਿਆ, ਆਸ ਕਰਦੇ ਹਾਂ ਕਿ ਇਹ ਵਿਸਾਖੀ ਨੂੰ ਜਿਸ ਨੂੰ ਅਸੀਂ ਮਨਾ ਰਹੇ ਹਾਂ ਨਗਰ ਕੀਰਤਨਾਂ ਦੇ ਵਿੱਚ, ਜਿਹੜੀ ਗੱਲਾਂ ਬਾਤਾਂ ਹੋਈਆਂ ਇਸ ਵਿੱਚੋਂ ਅਸੀਂ ਸਮਝ ਕੇ ਇਸ ਨੂੰ ਆਪਣੇ ਅੱਗੇ ਜੀਵਨ ਵਿੱਚ ਲਾਗੂ ਕਰਾਂਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ, ਹਰਪ੍ਰੀਤ ਸਿੰਘ ਸ਼ੋਅ@gmail.com। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।